ਸੀ ਜਿਹਨੇ ਨਾਮਰਾਦ ਨੇ ਸੁਡਾਨ 'ਚ ਕਬਜ਼ਾ ਕਰਕੇ ਇਮਾਮ ਮੁਹੰਮਦ ਮਹਿਦੀ ਸੁਡਾਨੀ ਅੱਲਾਹ ਦਾ ਵਲੀ ਸੀ ਜਗਾਤਾ ਉਹਨੇ ਪੂਰੀ ਉਮਤ ਨੂੰ ਉਸ ਮਰੇ ਦੀਆਂ ਹੱਡੀਆਂ ਕੱਢ ਕੇ ਇਸ ਕੁੱਤੇ ਕਿਚਨਰ ਨੇ ਉਹਨੂੰ ਅੱਗ ਚਲਾਇਆ ਔਰ ਬਾਅਦ ਅੱਲਾਹ ਨੇ ਇੰਤਕਾਮ ਲਿਆ ਅਤੇ ਥੋੜ੍ਹੀ ਮੁਦਤ ਵੀ ਨਹੀਂ ਗਈ ਜਾ ਫਿਰ ਜਹਾਜ਼ ਦੇ ਹਾਦਸੇ ਵਿੱਚੇ ਸਮੁੰਦਰ 'ਤੇ ਗਰਕ ਹੋਇਆ ਲਾਸ਼ ਹੀ ਨਾ ਲੱਭੀ ਮਹਿਦੀ ਦੀਆਂ ਹੱਡੀਆਂ ਲੱਭੀਆਂ ਕਿਚਨਰ ਦੀਆਂ ਹੱਡੀਆਂ ਵੀ ਨਹੀਂ ਲੱਭੀ ਉਸ ਵੇਲੇ ਅਲਾਮਾ ਇਕਬਾਲ ਦੇ ਆਉਂਦੇ ਵੇਖ ਫਿਰ ਰੱਬ ਦਾ ਇੰਤਕਾਮ ਕੈਸਾ ਕਿ ਤੁਸੀਂ ਉਸ ਦਰਵੇਸ਼ ਦੀ ਹੱਡੀਆਂ ਨੂੰ ਸਾੜਿਆ ਨਤੀਜਾ ਕੀ ਹੋਇਆ ਫਿਰ ਤੇਰਾ ਉਂਝ ਹੀ ਨਹੀਂ ਪਤਾ ਲੱਗਾ ਕਿੱਧਰ ਤੂੰ ਦਫਾ ਹੋਇਆ ਤਾਂ ਅੱਲਾਹ ਦੇ ਨੇਕ ਬੰਦੇ ਅਗਰ ਦੀਨ ਵਾਸਤੇ ਕੁਰਬਾਨੀਆਂ ਦਿੰਦੇ ਤੁਸੀਂ ਕੁਛ ਕਹਿ ਨਹੀਂ ਸਕਦੇ ਬੱਲੇ ਬੱਲੇ ਕਹਿ ਦਿਆ ਕਰੋ ਕਿ ਸ਼ਾਬਾਸ਼ ਹੈ ਤੇਰੇ ਬਾਈ ਤੇਰੇ 'ਤੇ ਖੁਦਾ ਦੀ ਰਹਿਮਤ ਹੋਵੇ ਅਤੇ ਜੇ ਮੁਫਤ ਗੁਨਾਹ ਖੱਟਣਾ ਹੈ ਕਿ ਇਬਨ ਜ਼ਿਆਦ ਦੀ ਤਰ੍ਹਾਂ ਕਿ ਕਜ਼ਾਬ ਇਬਨ ਕਜ਼ਾਬ ਹੁਸੈਨ ਮਾਰਿਆ ਗਿਆ ਅਤੇ ਤੁਹਾਡੀ ਬਾਰੇ ਨਸੀਬੀ ਹੈ ਖੱਟਦੇ ਰਹੋ ਫਿਰ ਅਮਾਲ ਲਾਮਾ ਗੰਦਾ ਕਰਦੇ ਰਹੋ ਅੱਲਾਹ ਦੇ ਨੇਕ ਬੰਦੇ ਸਾਡੀਆਂ ਦੁਆਵਾਂ ਦੇ ਮੁਹਤਾਜ ਨਹੀਂ ਮੈਂ ਵਜ਼ੀਰ ਮਾਰਫ ਰਿਹਾ ਵਜ਼ੀਰ ਤਾਲੀਮ ਕਹਿ ਦਿੰਦੇ ਇਰਾਕ ਹਿਬਤਉਦੀਨ ਹੁਸੈਨੀ ਹਜ਼ਰਤ ਇਮਾਮ ਹੁਸੈਨ ਅਲੀ ਤੋਂ ਕਿਤਾਬ ਲਿਖੀ ਬਹੁਤ ਪਿਆਰੀ ਲਿਖੀ ਹੈ ਇੱਧਰ ਉੱਧਰ ਗੱਲਾਂ ਕਰਦੇ ਆ ਲੋਕ ਜ਼ਿਕਰ ਵਗੈਰਾ ਨਹੀਂ ਉਹ ਆਲਮ ਆਦਮੀ ਸੀ ਨਹਜ਼ਤ ਉਲ ਹੁਸੈਨ ਇਮਾਮ ਹੁਸੈਨ ਅਲੀ ਤਹਿਰੀਕ ਤਾਂ ਫਿਰ ਲਿਖਦਾ ਨਾ ਵੀ ਲਸ਼ਕਰ ਜਿਹੜਾ ਸੀ ਉਮਰ ਬਿਨ ਸਾਦ ਦਾ ਉਹਨੇ ਆਪਣੇ ਸਿਪਾਹੀ ਜਿਹੜੇ ਸੀ ਮਰੇ ਉਹਨਾਂ ਦੇ ਜਨਾਜ਼ੇ ਪੜ੍ਹੇ ਉਹਨਾਂ ਨੂੰ ਦਫਨ ਕੀਤਾ ਇਮਾਮ ਹੁਸੈਨ ਅਲੀ ਉਹਨਾਂ ਦੇ ਸਾਥੀਆਂ ਦੇ ਸਿਰ ਕੱਟ ਲਿਆ ਇਹਨਾਂ ਦਾ ਜਨਾਜ਼ਾ ਨਹੀਂ ਪੜਿਆ ਮੁਸਲਮਾਨਾਂ ਨੇ ਆਪਣੇ ਪੜ੍ਹ ਲਿਆ ਉਹਨਾਂ ਨਾ ਮੁਰਾਦਾਂ ਦੇ ਬਾ ਜਿਹੜੇ ਦੁਸ਼ਮਣ ਸੀ ਇਮਾਮ ਹੁਸੈਨ ਨੂੰ ਨਹੀਂ ਨਾ ਉਹਨਾਂ ਦਾ ਜਨਾਜ਼ਾ ਪੜਿਆ ਨਾ ਦਫਨ ਕੀਤਾ ਉੱਥੇ ਹਿਬਤਉਦੀਨ ਹੁਸੈਨੀਆਂ ਦੇ ਕਿ ਉਹ ਇਹਨਾਂ ਦੇ ਜਨਾਜ਼ਿਆਂ ਦੇ ਮੁਹਤਾਜ ਹੀ ਨਹੀਂ ਸੀ ਨਾ ਇਹਨਾਂ ਦੇ ਜਨਾਜ਼ਿਆਂ ਦਾ ਉਹਨਾਂ ਨੂੰ ਕੋਈ ਫਾਇਦਾ ਸੀ ਉਹਨਾਂ 'ਤੇ ਅੱਲਾਹ ਔਰ ਅੱਲਾਹ ਦੇ ਫਰਿਸ਼ਤੇ ਸਲਾਤ ਪੜ੍ਹ ਰਹੇ ਉਹ ਇਹਨਾਂ ਦੇ ਉਹਨਾਂ ਨੂੰ ਦਰੂਦ ਕੀ ਇਹਨਾਂ ਦੀ ਨਮਾਜ਼ਾਂ ਨੂੰ ਕਰਨਾ ਸੀ ਅੱਲਾਹ ਔਰ ਉਹਨਾਂ ਦੇ ਫਰਿਸ਼ਤੇ ਸਲਾਮ ਕਹਿ ਰਹੇ ਕਿ ਸ਼ਾਹਬਾਜ਼ ਸਾਹਿਬ ਤੁਹਾਡਾ ਜੰਮਣਾ ਤਾਂ ਅੱਲਾਹ ਤਾਲਾ ਮੌਕਾ ਦੇ ਅਤੇ ਐਸੇ ਕੰਮ ਕਰ ਕੇ ਮਰੋ ਵੋ ਕਾਮ ਕਰ ਕਿ ਉਮਰ ਖੁਸ਼ੀ ਸੇ ਕਟੇ ਤੇਰੀ ਵੋ ਕਾਮ ਕਰਕੇ ਯਾਦ ਤੁਝੇ ਸਭ ਕੀਆ ਕਰੇ ਜਿਸ ਜਾ ਪੈ ਤੇਰਾ ਜ਼ਿਕਰ ਹੋ ਜ਼ਿਕਰੇ ਖੈਰ ਹੀ ਔਰ ਨਾਮ ਤੇਰਾ ਲੈਣ ਤੋਂ ਅਦਬ ਸੇ ਲਿਆ ਕਰ ਐਸੇ ਲੋਕ ਗੁਜ਼ਰ ਗਏ ਗਰੀਬ ਮਸਕੀਨ ਕੋਈ ਜੇਲ੍ਹਾਂ 'ਚ ਮਰੇ ਕਈਆਂ ਨੂੰ ਫਾਂਸੀਆਂ ਦੇ ਕੋਈ ਅਹਿਸਾਨ ਨਹੀਂ ਛੱਡਤੇ ਉਹਨਾਂ ਦਾ ਨਾ ਸਾਨੂੰ ਉਹਨਾਂ ਨੇ ਕੋਈ ਦੌਲਤ ਦਿੱਤੀ ਮਗਰ ਅਸੀਂ ਉਹਨਾਂ ਦਾ ਹੁਣ ਨਾਂ ਲੈਂਦੇ ਹਾਂ ਅਤੇ ਰਹਿਮਤੁੱਲਾ ਲੈ ਆਉਂਦੇ ਹਾਂ ਉਹਨਾਂ ਨੂੰ ਹਜ਼ਰਤ ਆਉਂਦੇ ਹਾਂ ਉਹ ਦੀਨ ਦੇ ਸਰਦਾਰ ਹੋਏ ਆ ਅਤੇ ਜਿਹਨਾਂ ਕੋਲ ਹਕੂਮਤਾਂ ਹੋਈਆਂ ਅਸੀਂ ਉਹਨਾਂ ਦਾ ਨਾਮ ਦਾ ਲਾਨਤ ਭੇਜਦੇ ਇਸ ਤੋਂ ਦੁਨੀਆਵੀ ਇਕਤਦਾਰ ਕੋਈ ਸ਼ੈ ਨਹੀਂ ਅਸਲ ਕੰਮ ਇਹੀ ਹੈ ਕਿ ਕੋਈ ਖੁਦਾ ਦੇ ਦੀਨ ਦਾ ਕੰਮ ਕਰ ਕੇ ਮਰੋ ਜਿਸ ਜਾ ਪੈ ਤੇਰਾ ਜ਼ਿਕਰ ਹੋ ਜ਼ਿਕਰੇ ਖੈਰ ਹੀ ਔਰ ਨਾਮ ਤੇਰਾ ਲੈਂ ਤਾਂ ਅਦਬ ਸੇ ਲਿਆ।